ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਇੱਕ ਇੰਪੋਰਟੈਂਟ ਸ਼ੋਅ ਹੈ ਅੱਜ ਮੇਰੇ ਨਾਲ ਮੈਡਮ ਵੀਨਾ ਗੋਇਲ ਨੇ ਜਿਹੜੇ ਕਿ ਨੈਵੀਗੇਟਰ ਓਵਰਸੀਜ਼ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਬਹੁਤ ਪੁਰਾਣੀ ਆਰਗੇਨਾਈਜੇਸ਼ਨ ਹੈ ਔਰ ਮੈਡਮ ਵੀਨਾ ਗੋਇਲ 25-26 ਸਾਲ ਤੋਂ ਸਟੂਡੈਂਟਸ ਨੂੰ ਗਾਈਡ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਤੇ ਬਹੁਤ ਵੱਡੀ ਗਿਣਤੀ ਚ ਇਹਨਾਂ ਨੇ ਆਪਣੇ ਸਟੂਡੈਂਟਸ ਐਡਵਾਈਸ ਕਰਕੇ ਭੇਜੇ ਨੇ ਕੁੱਲ ਗੱਲ ਕਰਾਂ ਤੇ 18000 ਤੋਂ ਜ਼ਿਆਦਾ ਅੱਜ ਤੱਕ ਵੱਖ-ਵੱਖ ਕੰਟਰੀਜ਼ ਦੇ ਵਿੱਚ ਸਟੂਡੈਂਟਸ ਨੂੰ ਇਹਨਾਂ ਨੇ ਗਾਈਡ ਕਰਕੇ ਉਹਨਾਂ ਨੂੰ ਅਸਿਸਟ ਕੀਤਾ ਹੈ ਤੇ ਉਹਨਾਂ ਨੂੰ ਬਾਹਰ ਵੀਜ਼ਾ ਲੈਣ ਚ ਮਦਦ ਕੀਤੀ ਹੈ ਅੱਜ ਟੌਪਿਕ ਬੜਾ ਇੰਪੋਰਟੈਂਟ ਹੈ ਕੈਨੇਡਾ ਤੋਂ ਖਾਸ ਤੌਰ ਤੇ ਬਹੁਤ ਸਾਰੇ ਸਾਡੇ ਸਟੂਡੈਂਟਸ ਨੇ ਜਿਨ੍ਹਾਂ ਦੀ ਰਿਫਿਊਜ਼ਲ ਆ ਜਾਂਦੀ ਹੈ ਫਿਰ ਉਹਨਾਂ ਨੂੰ ਵੇ ਆਊਟ ਨਹੀਂ ਸਮਝ ਆਉਂਦਾ ਕਿ ਆਸਟ੍ਰੇਲੀਆ ਦੁਬਾਰਾ ਕਿਵੇਂ ਜਾਣਾ ਹੈ ਸਿੰਗਾਪੁਰ ਇੱਕ ਬਹੁਤ ਅੱਛਾ ਪਾਥਵੇ ਹੈ ਪਰ ਅਗਰ ਤੁਸੀਂ ਸਹੀ ਤਰੀਕੇ ਨਾਲ ਸਿੰਗਾਪੁਰ ਦੇ ਵਿੱਚ ਆਪਣੀ ਐਜੂਕੇਸ਼ਨ ਨੂੰ ਚੂਜ਼ ਕਰਦੇ ਹੋ ਉਹ ਆਪਸ਼ਨਸ ਸਿੰਗਾਪੁਰ ਚ ਅਗਰ ਤੁਹਾਡੀ ਰਿਫਿਊਜ਼ਲ ਹੈ ਜਾਂ ਤੁਸੀਂ ਫਰੈਸ਼ ਕੇਸ ਹੋ ਤਾਂ ਸਿੰਗਾਪੁਰ ਦੀ এডਿਕੇਸ਼ਨ ਨੂੰ ਤੁਸੀਂ ਆਸਟ੍ਰੇਲੀਆ ਚ ਕਿਵੇਂ ਜਾਣਾ ਹੈ ਸਿੰਗਾਪੁਰ ਚ ਬਹੁਤ ਅੱਛੇ ਅੱਛੇ ਰਿਪਿਊਟਡ ਯੂਨੀਵਰਸਿਟੀਆਂ ਵੀ ਨੇ ਸੋ ਇਸ ਕਰਕੇ ਸਾਰੀਆਂ ਆਪਸ਼ਨਸ ਅੱਜ ਮੈਂ ਮੈਡਮ ਵੀਨਾ ਗੋਇਲ ਹੁਣਾ ਤੋਂ ਡਿਸਕਸ ਕਰਾਂਗਾ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਡਮ ਜਿਹੜਾ ਸਿੰਗਾਪੁਰ ਦਾ ਪਾਥਵੇ ਹੈ ਕਿੰਨਾ ਗੇ ਇੰਪੋਰਟੈਂਟ ਹੈ ਖਾਸ ਤੌਰ ਤੇ ਫਰੈਸ਼ ਸਟੂਡੈਂਟਸ ਲਈ ਵੀ ਔਰ ਰਿਫਿਊ ਸਟੂਡੈਂਟਸ ਲਈ ਵੀ ਜਿਹੜੇ ਆਸਟ੍ਰੇਲੀਆ ਉਹਨਾਂ ਦੀ ਲਾਸਟ ਡੈਸਟੀਨੇਸ਼ਨ ਮੰਨਦੇ ਨੇ ਆਪਣੀ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜਾ ਸੁਰਿੰਦਰ ਜੀ ਸਭ ਤੋਂ ਇੰਪ ਕਿਉਂਕਿ ਸਿੰਗਾਪੁਰ ਜਿਹੜੀ ਹੈ ਲੈਵਲ 1 ਕੰਟਰੀ ਹੈ ਜੀ ਕਾਫੀ ਸਾਰੀਆਂ ਯੂਨੀਵਰਸਿਟੀਆਂ ਕਰਟਨ ਹੈ ਜੇਮਸ ਕੁੱਕ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਵਾਲੰਗਾਂਗ ਹੈ ਨਿਊ ਕਾਸਲ ਯੂਨੀਵਰਸਿਟੀ ਇਹਨਾਂ ਸਾਰਿਆਂ ਦੇ ਜਿਹੜੇ ਹੈ ਕੈਂਪਸ ਸਿੰਗਾਪੁਰ ਚ ਹੈ ਹੁਣ ਬੱਚਾ ਜਿਹੜਾ ਹੈ ਆਸਟ੍ਰੇਲੀਆ ਦਾ ਇੰਡੀਆ ਦੇ ਵਿੱਚ ਇਸ ਟਾਈਮ ਕਾਫੀ ਪ੍ਰੋਬਲਮ ਆ ਰਹੀ ਹੈ ਕਾਫੀ ਰਿਜੈਕਸ਼ਨ ਹੈ ਪੰਜਾਬ ਹਰਿਆਣਾ ਦੇ ਜ਼ਿਆਦਾ ਰਿਜੈਕਸ਼ਨਸ ਹੈ ਹੁਣ ਬੱਚਾ ਕਹਿੰਦਾ ਮੈਂ ਤੇ ਜਾਣ ਦਾ ਹੀ ਚਾਹਵਾਂ ਆਸਟ੍ਰੇਲੀਆ ਸੀਗਾ ਮੇਰੇ ਤਾਂ ਸੁਪਨੇ ਟੁੱਟ ਗਏ ਹোন ਉਹ ਸਪਨੇ ਕਿਦਾਂ ਦੁਆਰਾ ਸੈੱਟ ਕੀਤੇ ਜਾਣ ਕਿਉਂਕਿ ਯੂਨੀਵਰਸਿਟੀ ਦੁਆਰਾ ਸੀਓਈ ਨਹੀਂ ਦਿੰਦੀ ਕਨਫਰਮੇਸ਼ਨ ਆਫ ਐਨਰੋਲਮੈਂਟ ਜੇ ਸੀਓਈ ਨਹੀਂ ਹੋਏਗੀ ਤੇ ਵੀਜ਼ਾ ਫਾਈਲ ਨਹੀਂ ਕਰ ਸਕਦੇ ਅੰਬੈਸੀ ਟੀ ਮਨਾ ਕਰਦੀ ਆਸਟ੍ਰੇਲੀਆ ਦੀ ਦੁਆਰਾ ਫਾਈਲ ਲਾਉਣ ਨੂੰ ਬਟ ਯੂਨੀਵਰਸਿਟੀ ਤੁਹਾਨੂੰ ਦੁਬਾਰਾ ਨਹੀਂ ਦਿੰਦੀ ਕਿਉਂਕਿ ਇੱਕ ਰਿਫਿਊਜ਼ਲ ਇੱਕ ਵਾਰ ਹੀ ਕਾਊਂਟ ਹੋ ਗਿਆ ਜੇ 2 ਚਾਂਸ ਦੁਆਰਾ ਆ ਗਈ ਤੇ ਯੂਨੀਵਰਸਿਟੀ ਨੂੰ ਦੋ ਰਿਫਿਊਜ਼ਲ ਕਾਊਂਟਿੰਗ ਹੋ ਗਏ ਇਸ ਕਰਕੇ ਉਹ ਨਹੀਂ ਦਿੰਦੇ ਹੁਣ ਸਟੂਡੈਂਟ ਦੇ ਕੋਲ ਕੀ ਆਪਸ਼ਨ ਹੈ ਉਹ ਆਪਣਾ ਸਟੇਟਸ ਚੇਂਜ ਕਰਨ ਜੀ ਸਟੇਟਸ ਚੇਂਜ ਕੀ ਹੋ ਗਿਆ ਜਾਂ ਤੇ ਆਇਲਸ ਇੰਪਰੂਵ ਕਰਨ ਆਇਲਸ ਇੰਪਰੂਵ ਕਰਕੇ ਵੀ ਜੇ 6 ਮਹੀਨੇ ਤੋਂ ਪਹਿਲੇ ਕੋਈ ਯੂਨੀਵਰਸਿਟੀ ਨਹੀਂ ਦੇਗੀ ਇਹਨਾਂ ਨੂੰ ਜੰਡਰਗ੍ਰੈਡਾ ਪੋਸਟ ਗ੍ਰੈਜੂਏਸ਼ਨ ਦਾ ਫਰਕ ਨਹੀਂ ਪੈਂਦਾ ਫਿਰ ਆਇਲਸ ਵੀ ਇੰਪਰੂਵ ਕਰ ਲਿਆ ਤੁਸੀਂ ਫਿਰ ਵੀ ਬਾਈ ਚਾਂਸ ਨਹੀਂ ਹੋਈ ਤੁਹਾਡਾ ਗੈਪ ਪੈ ਗਿਆ ਗੈਪ ਪੈ ਗਿਆ ਫਿਰ ਅੱਗੇ ਵੱਡਾ ਮੁੱਦਾ ਹੈ ਤੇ ਉਹਦਾ ਕੀ ਹੈ ਤੁਸੀਂ ਆਪਣਾ ਜਿਹੜਾ ਹੈ ਪ੍ਰੋਫਾਈਲ ਚੇਂਜ ਕਰੋ ਥੋੜਾ ਜਾ ਤੁਸੀਂ ਕਿਸੇ ਕੰਟਰੀ ਚ ਜਾ ਕੇ 1 ਸਾਲ ਪੜ੍ਹ ਲਓ 6 ਮਹੀਨੇ ਪੜ੍ਹ ਲਓ ਪਾਥਵੇ ਪ੍ਰੋਗਰਾਮ ਲੈ ਕੇ ਸੈਕਿੰਡ ਫੇਅਰ ਸੈਕਿੰਡ ਇਅਰ ਜਿਹੜਾ ਤੁਸੀਂ ਆਸਟ੍ਰੇਲੀਆ ਦੇ ਵਿੱਚ 101% ਉੱਥੋਂ ਜਾ ਸਕਦੇ ਹੋ ਖਾਲੀ ਜਿਹੜੀ ਉਹਨਾਂ ਦੀ ਅਟੈਂਡੈਂਸ ਪੂਰੀ ਕਰਨੀ ਹੈ ਔਰ ਪਾਰਟਿਕੂਲਰ ਤੁਹਾਡੀ ਪਰਸੈਂਟੇਜ ਆਣੀ ਚਾਹੀਦੀ ਹੈ ਜੇ ਇਹ ਚੀਜ਼ਾਂ ਹੋ ਗਈਆਂ ਤੇ ਤੁਹਾਡਾ 101% ਆਸਟ੍ਰੇਲ ਸਿੰਗਾਪੂਰ ਟੂ ਆਸਟ੍ਰੇਲੀਆ ਮੈਂ ਜਿੰਨੇ ਬੱਚੇ ਜਿੰਨਾ ਕੁਝ ਵੀਕ ਸੀਗਾ ਨਹੀਂ ਹੋ ਰਹੇ ਸੀਗੇ ਅਸੀਂ ਉਹਨਾਂ ਨੂੰ ਸਿੰਗਾਪੁਰ ਭੇਜਿਆ ਸਿੰਗਾਪੁਰ ਤੋਂ ਆਸਟ੍ਰੇਲੀਆ ਸਾਰੇ ਹੀ ਬੱਚੇ ਨਿਕਲ ਗਏ ਐ ਸਾਰਿਆਂ ਦੇ ਅਸੀਂ ਫੋਨ ਨੰਬਰ ਐਡਰੈਸ ਸਟੂਡੈਂਟਸ ਨਾਲ ਸ਼ੇਅਰ ਕਰ ਸਕ ਪਏ ਆ ਮਤਲਬ ਇੰਨੀ ਕ ਸੇਫ ਕੰਟਰੀ ਐ ਇੰਨੀ ਤੁਹਾਡੇ ਵਾਸਤੇ ਜਿਹੜੀ ਐ ਤੁਹਾਡਾ ਪਾਥਵੇ ਬਣ ਰਿਹਾ ਸੈਕੰਡ ਫੀਸ ਬਹੁਤ ਘੱਟ ਐ ਜੇ ਇਹਦੇ ਵਿੱਚ ਆਪਾਂ ਕੈਲਕੂਲੇਸ਼ਨ ਕਰਦੇ ਆ ਮੰਨ ਲਓ ਬੈਚਲਰ ਵਾਸਤੇ ਇੱਕ ਬੱਚਾ ਜਾ ਰਿਹਾ ਜੀ ਬੈਚਲਰ ਦੀ ਫੀਸ ਆਪਾਂ ਆਸਟ੍ਰੇਲੀਆ ਮੰਨ ਕੇ ਚੱਲਦੇ ਆ 30000 ਡਾਲਰ ਉਹੀ ਫੀਸ ਸਿੰਗਾਪੁਰ ਦੇ ਵਿੱਚ ਜਦ ਬੱਚਾ ਪੜ ਰਿਹਾ ਤੇ 15000 ਡਾਲਰ ਮੀਨਸ ਉਹਦੀ ਅੱਧੀ ਫੀਸ ਹੋ ਗਈ ਹੁਣ ਉਹ ਘਰ ਦੇ ਨੇੜੇ ਆ ਸਿੰਗਾਪੁਰ ਜਿਹੜਾ 5 ਕਿ ਘੰਟੇ ਦੀ ਫਲਾਈਟ ਆ ਘਰ ਦੇ ਬਿਲਕੁਲ ਨੇੜੇ ਆ ਸਟੂਡੈਂਟ ਦਾ ਜੀ ਕਰਦਾ ਚਲੋ ਇੱਕ ਜਿਹੜਾ ਹੈ ਜਿਹੜਾ 8-10 ਮਹੀਨੇ ਚ ਇੱਕ ਦੋ ਵਾਰੀ ਆ ਕੇ ਮਿਲ ਸਕਦਾ ਟਿਕਟ ਵੀ ਸਸਤੀ ਹੈ ਤੇ ਬਾਹਰ ਰਹਿੰਦਾ ਉਹਦਾ ਤਜਰਬਾ ਵੀ ਹੋ ਗਿਆ ਫੈਮਿਲੀ ਦੇ ਨੇੜੇ ਵੀ ਹੋ ਗਿਆ ਇਹ ਫੈਮਿਲੀ ਦੀ ਇੱਛਾ ਉਹ ਮਿਲਣ ਜਾ ਸਕ ਪਏ ਆ ਤੇ ਇੱਕ ਸਾਲ ਜਿਹੜਾ ਪੜ ਕੇ ਉਹਨੂੰ ਬਾਹਰ ਦੇ ਰਹਿਣ ਦੇ ਤੌਰ ਤਰੀਕੇ ਸਮਝ ਆ ਜਾਣਗੇ ਅਸਾਈਨਮੈਂਟਸ ਕਿੱਦਾਂ ਬਣਾਉਣੀ ਹੈ ਕਿਉਂਕਿ ਪੜਦੇ ਹੋ ਪਾਰਟਿਕੂਲਰ ਯੂਨੀਵਰਸਿਟੀ ਦੇ ਨਾਲ ਹੀ ਰਿਹਾ ਸੈਕੰਡ ਇਅਰ ਉਹ ਉਧਰੋਂ ਜਿਹੜਾ ਆਪਣੀ 6 ਮਹੀਨੇ ਦੀ ਫੀਸ ਪੇ ਕਰਕੇ ਸੈਕੰਡ ਇਅਰ ਸ਼ਿਫਟ ਹੋ ਜਾਏਗਾ ਤੇ ਇਹ ਬੜਾ ਕਲੀਨ ਜਿਹਾ ਬੜਾ ਪ੍ਰੋਪਰ ਜਿਹਾ ਵੇ ਹੈ ਆਸਟ੍ਰੇਲੀਆ ਪਹੁੰਚ ਜਾਂਦਾ ਇਹਨਾਂ ਦਾ ਕਿ ਜੇ ਬੱਚੇ ਦਾ ਬਾਏ ਚਾਂਸ ਯੂਕੇ ਦਾ ਵੀ ਵੀਜ਼ਾ ਨਹੀਂ ਲੱਗ ਰਿਹਾ ਸਿੰਗਾਪੂਰ ਤੋਂ ਆਸਟ੍ਰੇਲੀਆ ਯੂਕੇ ਵੀ 100 1% ਹੈ ਅੱਛਾ ਸਿੰਗਾਪੂਰ ਤੋਂ ਯੂਕੇ ਦਾ ਰੂਟ ਵੀ ਹੈ ਬਿਲਕੁਲ ਜੀ ਉਹਨਾਂ ਦਾ ਕੈਨੇਡਾ ਵੀ ਜਿਹੜਾ ਚੱਲ ਰਿਹਾ ਵਟ ਸਿੰਗਾਪੁਰ ਟੂ ਯੂਕੇ ਐਂਡ ਆਸਟ੍ਰੇਲੀਆ 101% ਹੈ ਇਵਨ ਯੂਰਪ ਵੀ ਤੇ ਇਹ ਬਹੁਤ ਅੱਛੇ ਇਹਨਾਂ ਦਾ ਸਿਸਟਮ ਬਣ ਜਾਂਦਾ ਸਿੰਗਾਪੁਰ ਜਾ ਕੇ ਕਿਉਂਕਿ ਕੰਟਰੀ ਜਿਹੜੀ ਹੈ ਕਰਾਇਮ ਫਰੀ ਕੰਟਰੀ ਹੈ ਵੀਜ਼ਾ ਘਾਟ ਹੈ ਸਟੂਡੈਂਟ ਇੱਕ ਅੱਛਾ ਐਕਸਪੀਰੀਅੰਸ ਲੈ ਸਕਦਾ ਹੈ ਕਿਸ ਤਰ੍ਹਾਂ ਦੇ ਕੋਰਸਸ ਸਿੰਗਾਪੁਰ ਦੇ ਵਿੱਚ ਮਿਲ ਜਾਂਦੇ ਨੇ ਕੀ ਸਟੂਡੈਂਟ ਨੂੰ ਰੈਲੇਵੈਂਟ ਕੋਰਸਸ ਮਿਲ ਜਾਂਦੇ ਨੇ ਬਾਅਦ ਚ ਆਸਟ੍ਰੇਲੀਆ ਚ ਦਿੱਕਤ ਤਾਂ ਨਹੀਂ ਆਉਂਦੀ ਮੇਰੇ ਕੋਲ ਨਾ ਕੁਝ ਯੂਨੀਵਰਸਿਟੀ ਐਦਾਂ ਦੀ ਜਿਹੜੇ ਆਉਂਦੇ ਆ ਫਿਰ ਗੱਲ ਹੁੰਦੀ ਹੈ ਸਟੂਡੈਂਟਸ ਦੇ ਪ੍ਰੋਫਾਈਲ ਨੂੰ ਲੈ ਕੇ ਦੇਖੋ ਜਿਹੜਾ ਸਪਲਾਈ ਚੇਨ ਮੈਨੇਜਮੈਂਟ ਇੱਕ ਬੜਾ ਅੱਛਾ ਕੋਰਸ ਹੈ ਬੱਚਾ ਉੱਥੇ ਪੇਡ ਇੰਟਰਨਸ਼ਿਪ ਲੈ ਸਕਦਾ ਸਿੰਗਾਪੁਰ ਚ ਕਿਉਂਕਿ ਕੁਝ ਕੋਰਸਸ ਹੈ ਜਿਨ੍ਹਾਂ ਦੀ ਪੇਡ ਇੰਟਰਨ ਲੇਕਿਨ ਜੇ ਯੂਨੀਵਰਸਿਟੀ ਟ੍ਰਾਂਸਫਰ ਪ੍ਰੋਗਰਾਮ ਲੈਣੇ ਆ ਜਿੱਦਾਂ ਬਿਜ਼ਨਸ ਮੈਨੇਜਮੈਂਟ ਉਹਦੇ ਵਿੱਚ ਪੇਡ ਇੰਟਰਨਸ਼ਿਪ ਨਹੀਂ ਹੋਏਗੀ ਬਟ ਹਸਪਿਟੈਲਿਟੀ ਮੈਨੇਜਮੈਂਟ ਸਪਲਾਈ ਚੇਨ ਮੈਨੇਜਮੈਂਟ ਇਹਨਾਂ ਦੀ ਪੇਡ ਇੰਟਰਨਸ਼ਿਪ ਹੈ ਇੱਕ ਹੋਰ ਬਹੁਤ ਅੱਛਾ ਪ੍ਰੋਗਰਾਮ ਹੈ ਇੱਕ ਕਾਲਜ ਆ ਉਹਦੇ ਵਿੱਚ ਦਾ ਸਿਵਲ ਇੰਜੀਨੀਅਰਿੰਗ ਦੇ ਰਿਲੇਟਿਡ ਆ ਤੇ ਇੱਕ 18 ਮੰਥਸ ਦਾ ਪ੍ਰੋਗਰਾਮ ਹੈ ਉਹਦੇ ਬਾਅਦ 101% ਜੌਬ ਅਪਰਚੂਨਿਟੀ ਹੈ ਔਰ ਤੁਹਾਡਾ ਜਿਹੜਾ ਜਾਂ ਤੇ ਸਿੰਗਾਪੁਰ ਚ ਜੌਬ ਬੱਚਾ ਕਰ ਲੈ ਜਾਂ ਆਸਟ੍ਰੇਲੀਆ ਟਰਾਂਸਫਰ ਲੈ ਲੈ ਤੇ ਇਦਾਂ ਦੇ ਕੋਰਸੇ ਸ ਹੈ ਜਿਹੜੇ ਬਹੁਤ ਅੱਛੇ ਕੋਰਸੇ ਸ ਹੈ ਅੱਛਾ ਸੈਕਿੰਡ ਕੁਝ ਪੁਆਇੰਟਸ ਇਦਾਂ ਦੇ ਹੈ ਜਿਹੜਾ ਬੱਚੇ ਨੂੰ ਅਟਰੈਕਟ ਕਰਦਾ ਫੀਸ ਟੋਟਲ ਵੀਜ਼ਾ ਦੇ ਬਾਅਦ ਹੈ ਵੀਜ਼ੇ ਤੋਂ ਪਹਿਲੇ ਕੋਈ ਫੀਸ ਨਹੀਂ ਜਾਣੀ ਆ ਆਇਲਸ ਨਹੀਂ ਚਾਹੀਦੀ ਸਿੰਗਾਪੁਰ ਜਾਣ ਵਾਸਤੇ ਬਟ ਆਸਟ੍ਰੇਲੀਅਨ ਯੂਨੀਵਰਸਿਟੀ ਚ ਜਦ ਬੱਚਾ ਜਾ ਰਿਹਾ ਉਸ ਟਾਈਮ ਚਾਹੀਦੀ ਹੈ ਤੇ ਉੱਥੇ ਜਾ ਕੇ ਵੀ ਕਰ ਸਕਦੇ ਆ ਉਹ ਇਜ਼ੀ ਹੋ ਜਾਂਦੀ ਜਦੋਂ ਉਹ ਇੰਗਲਿਸ਼ ਸਪੀਕਿੰਗ ਕੰਟਰੀ ਚ ਕੁਝ ਡੈਚੂਰਲ ਆ ਕਿਉਂਕਿ ਸਾਰੇ ਸਬਜੈਕਟਸ ਇੰਗਲਿਸ਼ ਚ ਪੜ ਰਹੇ ਆ ਤੇ ਉਹ ਕਰ ਸਕਦਾ ਲੇਕਿਨ ਇੱਥੋਂ ਜਾਣ ਵਾਸਤੇ ਜੇ ਸਿੰਗਾਪੁਰ ਉਹਨੂੰ ਆਇਲਸ ਦੀ ਲੋੜ ਨਹੀਂ ਹੈ ਔਰ ਜੇ ਬੱਚੇ ਦੇ ਆਲਰੇਡੀ ਆਸਟ੍ਰੇਲੀਆ ਦੀ ਰਿਫਿਊਜ਼ਲ ਹੈ ਜਾਂ ਕੋਈ ਕੰਟਰੀ ਦੀ ਹੈ ਫਿਰ ਤਾਂ ਉਹਨੇ ਆਲਰੇਡੀ ਆਇਲਸ ਕੀਤੀ ਹੈ ਉਹਦਾ ਉਹ ਵੀ ਡਾਰ ਖਤਮ ਹੋ ਜਾਂਦਾ ਸਟੂਡੈਂਟ ਕਈ ਵਾਰੀ ਮੈਂ ਦੇਖਦਾ ਥੋੜਾ ਜਿਹਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਆਸਟ੍ਰੇਲੀਆ ਜਾਣਾ ਹੈ ਤੇ ਅਸੀਂ ਸਿੰਗਾਪੁਰ ਜਾਵਾਂਗੇ ਪਤਾ ਨਹੀਂ ਸਾਡਾ ਪਾਥਵੇ ਕਲੀਅਰ ਹੋਏਗਾ ਜਾਂ ਨਹੀਂ ਹੋਏਗਾ ਕੋਈ ਬਹੁਤ ਚੈਲੰਜ ਉੱਥੇ ਸਿੰਗਾਪੁਰ ਜਾ ਕੇ ਪੜ੍ਹਿਆ ਜਾਂਦਾ ਹੈ। ਇਹ ਕਲੀਅਰ ਨਹੀਂ ਹੋਏਗਾ ਕੋਈ ਕੁਐਸਚਨ ਨਹੀਂ ਆ ਕਿਉਂਕਿ ਆਸਟ੍ਰੇਲੀਆ ਜਾ ਕੇ ਵੀ ਪੜ੍ਹਨਾ ਹੈ। ਕਲੀਅਰ ਕਰਨਾ ਹੈ। ਸਿੰਗਾਪੁਰ ਵੀ ਪੜ੍ਹਨਾ ਹੈ। ਉੱਥੋਂ ਤੇ ਥੋੜਾ ਈਜ਼ੀ ਹੋਏਗਾ। ਬਟ ਜਾਣ ਦਾ ਜਿਹੜਾ ਆਬਸਟੈਕਲ ਇੱਕੋ ਹੀ ਹੈ ਕਿ ਆਇਲਸ ਮੰਗ ਸਕਦੇ ਕਿਉਂਕਿ ਪਰਟੀਕੂਲਰ ਯੂਨੀਵਰਸਿਟੀ 'ਚ ਹੈ। ਜੇ ਜੇ ਇਹ ਪਰਟੀਕੂਲਰ ਕਾਲਜ 'ਚ ਜਾਂਦੇ ਉਹ ਆਇਲਸ ਨਹੀਂ ਮੰਗਣਗੇ। ਕਿਉਂਕਿ ਆਸਟ੍ਰੇ ਜਿਹੜੀ ਲੈਵਲ 1 ਕੰਟਰੀ ਹੈ ਨਾ ਸਿੰਗਾਪੁਰ ਉੱਥੋਂ ਜ਼ਰੂਰੀ ਨਹੀਂ ਕਿ ਤੁਹਾਨੂੰ ਆਇਲਸ ਮੰਗਿਆ ਜਾਵੇ। लेवल 1 कंट्री ਤੋਂ ਫਾਈਨੈਂਸ਼ੀਅਲ ਆਇਲਸ ਦੀ ਰਿਕੁਆਇਰਮੈਂਟ ਨਾਲ ਦੇ ਬਰਾਬਰ ਹੁੰਦੀ ਆ ਤੇ ਇਸ ਕਰਕੇ ਜਾਣ ਦਾ ਕੋਈ ਆਬਸਟੈਕਲ ਨਹੀਂ ਹੈ ਸਟੂਡੈਂਟ ਜਾ ਸਕਦਾ ਬਟ ਇਹ ਨਹੀਂ ਕਿ ਉਹ ਜਾ ਕੇ ਉੱਥੇ ਕੰਮ ਕਰਦਾ ਰਿਹਾ ਔਰ ਪੜਿਆ ਨਹੀਂ ਹੈ ਫਿਰ ਕਿਸੇ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੈ ਤੁਸੀਂ ਪੜਾਈ ਕਰਨ ਜਾ ਰਹੇ ਹੋ ਕਿਉਂਕਿ ਤੁਸੀਂ ਪਾਥਵੇ ਹੀ ਲਿਆ ਹੈ ਜਾਣ ਵਾਸਤੇ ਔਰ ਪੜਨ ਵਾਸਤੇ ਪਾਥਵੇ ਮੀਨਸ ਕਿ ਤੁਸੀਂ ਸਟੱਡੀ ਵੀਜ਼ਾ ਪਾਥਵੇ ਲਿਆ ਹੈ ਸਟੱਡੀ ਵੀਜ਼ਾ ਹੈ ਨਾ ਤਾਂ ਤੁਸੀਂ ਸਟੱਡੀ ਵੀਜ਼ਾ ਤੇ ਜਾ ਰਹੇ ਹੋ ਉਹਨੂੰ ਆਨਰ ਕਰੋ ਰੀਲੀਗਲ ਤਰੀਕਾ ਹੈ ਹਾਂ ਸਟੱਡੀ ਵੀਜ਼ਾ ਨੂੰ ਆਨਰ ਕਰੋ ਇੱਥੇ ਵੀ ਨਹੀਂ ਪੜੋਗੇ ਤਾਂ ਕੁਝ ਨਹੀਂ ਬਣਨਾ ਉੱਥੇ ਵੀ ਨਹੀਂ ਪੜੋਗੇ ਤਾਂ ਕੁਝ ਨਹੀਂ ਬਣਨਾ ਅੱਛਾ ਕਿੰਨੀ ਦਿਰ ਦਾ ਜਿਹੜਾ ਕੋਰਸ ਹੈ ਪਾਥਵੇ ਕੋਰਸ ਸਿੰਗਾਪੁਰ ਦੇ ਵਿੱਚ ਸਟੂਡੈਂਟ ਦੇ ਲਈ ਮੰਡੇਟਰੀ ਹੈ 1 ਇਅਰ ਧੰਨ। 1 ਇਅਰ ਮੀਨਸ 8 ਮੰਥਸ ਦਾ ਫਰਸਟ ਇਅਰ ਔਰ ਸੈਕੰਡ ਇਅਰ ਦੇ 3 ਸਬਜੈਕਟਸ ਆਨਲਾਈਨ ਕਰਨੇ ਹੁੰਦੇ ਇਹ ਟੋਟਲ ਮਿਲਾ ਕੇ 1 ਇਅਰ ਹੁੰਦਾ ਹੈ। ਤੇ 1 ਇਅਰ ਕੋਰਸ ਕਰਕੇ ਸੈਕੰਡ ਇਅਰ ਸਟੂਡੈਂਟ ਜਿਹੜਾ ਹੈ ਮੰਨ ਲਓ ਸੈਕੰਡ ਇਅਰ ਦੇ 3 ਸਬਜੈਕਟਸ ਪਾੜ ਲਏ ਤੇ ਉਹਦੇ ਮੰਨ ਲਓ 8 ਸਬਜੈਕਟਸ ਹੈ ਤੇ 5 ਸਬਜੈਕਟ ਹੋਰ ਬਚੇ ਜਾਂ 6 ਆ ਤੇ ਵਨ ਸਬਜੈਕਟ ਬਚੇ ਡਿਪੈਂਡ ਕਰਦਾ ਹੈ ਯੂਨੀਵਰਸ ਉ ਫਿਰ ਆਸਟ੍ਰੇਲੀਆ ਦਾ ਕੇ ਹਾਂਜੀ ਅੱਛਾ ਫਿਰ ਉੱਥੇ ਪੋਸਟ ਸਟਡੀ ਵਰਕ ਪਰਮਿਟ ਵਗੈਰਾ ਦੀ ਕੋਈ ਦਿੱਕਤ ਤਾਂ ਨਹੀਂ ਜਿਹੜਾ ਪਾਥਵੇ ਨਹੀਂ ਜੀ ਕੰਪਲੀਟ ਮਿਲੇਗਾ ਕਿਉਂਕਿ 2 ਇਅਰ ਸਟਡੀ ਕਰਨਾ ਜ਼ਰੂਰੀ ਹੈ 1 ਇਅਰ ਇੱਥੇ ਕਰ ਲਈ 2 ਇਅਰ ਉੱਥੇ ਕਰ ਲਈ ਤੇ ਪੋਸਟ ਸਟਡੀ ਵਰਕ ਪਰਮਿਟ ਫੁੱਲ ਮਿਲਦਾ ਹੈ ਸਟਡੀ ਬਿਲਕੁਲ ਠੀਕ ਹੈ ਜੀ ਸੋ ਸਕਰੀਨ ਤੇ ਨੰਬਰ ਹੈ ਮੈਡਮ ਵੀਨਾ ਗੋਇਲ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ ਮੈਨੂੰ ਲੱਗਦਾ ਹੈ ਬਹੁਤ ਅੱਛੀ ਆਪਸ਼ਨ ਹੈ ਵੱਧ ਤੋਂ ਵੱਧ ਸਟੂਡੈਂਟ ਨੇ ਜਿਹੜੇ ਰਿਫਿਊਜ਼ਡ ਵਾਲੇ ਜਾਂ ਈਵਨ ਫਰ ਉਹ ਇਹਦੀ ਇਨਕੁਆਰੀ ਕਰ ਸਕਦੇ ਨੇ ਸਕਰੀਨ ਤੇ ਮੈਡਮ ਦਾ ਨੰਬਰ ਹੈ ਜਰੂਰ ਗੱਲ ਕਰੋ ਕੋਈ ਕਲੈਰਿਟੀ ਹੈ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਤੇ ਕਲੈਰਿਟੀ ਲਓ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਸਰ